वालेकुम दोस्तों, की हाल चाल है? ठीक ठाक हो? सब खैरियत? अज का व्लॉग असं शुरू करने पर लेट हो गए हैं बाबा जी। धुप बड़ी हो गई है, दोपहर चढ़ गई है, 9-10 का टाइम हो गया। अपा आए पैली दे सखावत वीरा बाहर आ ट्रैक्टर नाल पैली। सखावत वीर ने मैनू मैसेज किया, भाई जी आओ साड़ी पैली च, डेरे साडे आओ, अभी पैली बाहर हाँ। वो उत्थे उन्हां दी मोटर चली दी, आपां मोटर ते जावांगे पहले। सखावत वीर नाल गल्लां बातां होणगियां। देख लो जी सखावत वीर आप मकड़ी कढ़ी आ रहा है, ਕਾਲੀ ਵਾਹੀ ਆ ਰਿਹਾ ਤਵਿਆਂ ਨਾਲ, ਪੁੱਟੀ ਆ ਰਿਹਾ, ਪੁੱਟੀ ਆ ਰਿਹਾ ਬਸ। ਇਹ ਕਹਿੰਦਾ ਧੱਕੀ ਜਾਓ ਬਸ ਕੰਮ ਨੂੰ। ਉੱਤਰ ਗਿਆ ਸਖਾਵਤ ਵੀਰਾ ਜੀ। ਯਾਰ ਸਖਾਵਤ ਸਾਹਿਬ ਠੀਕ ਠਾਕ ਹੋ? ਧੁੱਪੀ ਵਾਹੀ ਆ ਰਹੇ ਵਾਲੀ ਯਾਰ। ਲਓ ਜੀ ਸਖਾਵਤ ਵੀਰ ਨਾਲ ਵਾਲੀ ਜੱਫੀ। ਠੀਕ ਠਾਕ ਜੀ। ਆਹ ਭਾਈ ਜੀ ਆਪਣੇ ਸਖਾਵਤ ਵੀਰ ਸਾਹਿਬ ਨੇ, ਇਹਨਾਂ ਨੇ ਇੱਥੇ ਲਾਏ ਸੀ ਕਰੇਲੇ, ਅਤੇ ਕਰੇਲੇ ਖਤਮ ਹੋ ਗਏ ਆ, ਇਹਨਾਂ ਦਾ ਸੀਜ਼ਨ ਆਊਟ ਹੋ ਗਿਆ। ਦੂਜਿਆਂ ਦਾ ਚੱਲ ਗਿਆ ਇੱਧਰ ਵਾਲਿਆਂ ਦਾ, ਆਹ ਲਾਗੇ ਵਾਲਿਆਂ ਦਾ ਬੜਾ ਚੱਲਿਆ। ਸਖਾਵਤ ਵੀਰੇ ਦੀ ਪੈਲੀ ਆ ਮੇਨ ਰੋਡ 'ਤੇ, ਜਲਾਲਾ ਸ਼ਰੀਫ ਵਾਲਾ ਰੋਡ ਆ ਮੇਨ, ਅਸਾਨਪੁਰ ਤੋਂ ਨਿਕਲਦਾ ਮੇਨ ਰੋਡ ਦੇ ਉੱਤੇ ਪੈਲੀ ਆ। ਕਿਹੜਾ ਟਰੈਕਟਰ ਆ ਭਾਈ ਜੀ? ਮੈਸੀ ਟਰੈਕਟਰ। ਮੈਸੀ ਟਰੈਕਟਰ ਆ, ਕਿੰਨੇ ਮਾਡਲ ਆ? ਇਹ 11 ਮਾਡਲ ਆ ਜੀ ਸਖਾਵਤ ਵੀਰੇ ਕੋਲੋਂ ਜੀ, ਮੈਸੀ ਅਤੇ ਤਵੀਆਂ ਜੀ। ਆ ਪੈਲੀ ਆ ਜੀ, ਉਹ ਪੀਟਰ ਚੱਲੇਦਾ ਜੀ, ਪੀਟਰ ਵੀ ਤੁਹਾਨੂੰ ਦੱਸਣੇ ਆ। ਇਸ ਪੀਟਰ ਚੱਲੇਦਾ ਸਖਾਵਤ ਬਾਈ ਦੇ ਦੋ ਭਾਈ ਜਿਹੜੇ ਆ ਨਾ, ਉਹ ਖਾਲ ਸਿੱਧਾ ਪੱਧਰਾ ਕਰਦੇ ਪਏ ਨੇ, ਪਨੀਰੀ ਲਾਈ ਆ ਇਹਨਾਂ ਨੇ। ਅੱਜ ਇੱਥੇ ਬਗਲੇ ਬਹੁਤੇ ਬੈਠੇ ਆ ਨਾ, ਆਹ ਪਨੀਰੀ ਨੂੰ ਪਾਣੀ ਲਾ ਰਿਹਾ ਜੀ ਆ ਬੰਦੇ, ਬਗਲੇ ਨਹੀਂ ਲਾ ਰਹੇ, ਬੰਦੇ ਹੀ ਲਾ ਰਹੇ ਆ। ਮਤਲਬ ਤੁਸੀਂ ਸਮਝਦੇ ਹੋਵੋ ਕਿ ਬੰਦੇ ਨਹੀਂ, ਬਗਲੇ ਹੀ ਰਲਾ ਰਹੇ ਆ। ਇਹ ਪਿੱਛੇ ਪਿੰਡ ਆ ਜੀ, ਜੰਗਲਾ ਪਿੰਡ ਆ ਨਾ, ਜੰਗਲਾ ਹੈ ਨਾ, ਹਾਂਜੀ ਜੰਗਲਾ ਪਿੰਡ ਆ ਜੀ। ਆਹ ਦੋ ਬਗਲੇ ਇੱਥੇ ਵੀ ਆ ਗਈ। ਦੁਪਹਿਰ ਬੜੀ ਆ, ਗਰਮੀ ਬਹੁਤ ਆ ਪੈ ਰਹੀ ਸਾਡੇ ਏਰੀਏ 'ਚ। ਆਹ ਡੇਰਾ ਵੀ ਬਣਾਇਆ ਵਾ ਸਖਾਵਤ ਵੀਰੇ ਉਹਨਾਂ ਨੇ, ਇੱਥੇ ਮੱਝਾਂ ਮੁੱਝਾਂ ਸਭ ਕੁਝ ਇੱਥੇ ਰੱਖੇ ਦਾ ਉਹਨਾਂ ਨੇ ਆਪਣਾ। ਆਪਾਂ ਨੂੰ ਜਾਇਜ਼ ਨਹੀਂ ਆ ਟਰੈਕਟਰ ਚਲਾਉਣ ਦੀ, ਅਤੇ ਅਸੀਂ ਸਖਾਵਤ ਵੀਰੇ ਕੋਲ ਲੱਗੇ ਹਾਂ ਪੁੱਛਣ। ਸਖਾਵਤ ਵੀਰਾ ਜੀ ਦੱਸੋ ਸਾਨੂੰ ਕੀ ਆ? ਬ੍ਰੇਕ ਰੇਸ। ਰੇਸ? ਰੇਸ ਅੱਛਾ, ਪੈਰ ਵਾਲੀ ਰੇਸ ਹੈ ਜੀ, ਹੱਥ ਵਾਲੀ ਰੇਸ। ਅੱਛਾ, ਹੱਥ ਵਾਲੀ ਰੇਸ ਹੈ। ਤੇ ਬ੍ਰੇਕਾਂ ਬਰੂਕਾਂ ਕਿੱਥੇ ਗਈਆਂ? ਬ੍ਰੇਕਾਂ ਪੈਰ ਵਾਲੀ। ਅੱਛਾ, ਹੈਂਡ ਬ੍ਰੇਕ ਨਾਲ ਹੀ ਹੁੰਦੀ ਉੱਥੇ, ਗੇਅਰ ਲੀਵਰ। ਅੱਛਾ ਜੀ, ਠੀਕ ਹੋ ਗਿਆ ਜੀ। ਇਹ ਹਾਈ ਲੋ ਗੇਅਰ। ਅੱਛਾ, ਇਹਦੇ ਤਾਂ ਗੇਅਰ ਨਾ ਜੀ, ਇਹਦੇ 4 ਗੇਅਰ ਹੁੰਦੇ ਨਾ। ਅੱਛਾ, 4 ਗੇਅਰ। ਹਾਂਜੀ। ਪੁੱਠੇ ਪੈਂਦੇ ਸਿੱਧੇ ਹੀ ਪੈਂਦੇ? ਸਿੱਧੇ ਪੈਂਦੇ ਨੇ। ਅੱਛਾ, ਸਿੱਧੇ ਹੀ ਪੈਂਦੇ ਨੇ। ਇਹਦਾ ਕਲੱਚ ਹੈ। ਕਲੱਚ ਹੈ ਇਹ? ਅੱਛਾ, ਬਾਅਦ ਚ ਇਹਨੂੰ ਬੰਦ ਕਰਨਾ ਹੈ, ਚੌਕ ਲੱਗੀ ਹੈ ਜੀ, ਚੌਕ ਲੱਗੀ ਤਾਂ ਬੰਦ ਹੋ ਜਾਂਦਾ। ਹਾਂ, ਟੂਲ ਟੂਲ ਆ, ਟੂਲ ਬੋਕਸ ਜੀ। ਸਖਾਵਤ ਵੀਰਾ ਚੜਿਆ ਉੱਤੇ ਤੇ ਲੱਗਾ ਇਹਨੂੰ ਘੁਮਾਣ, ਭੁਮੱਕੜੀ ਕੱਢਦੇ ਵੀਰੇ ਟਾਈਮ ਆਪਣੇ ਕੋਲ ਥੋੜਾ, ਕੱਢਦੇ ਕੱਢਦੇ। ਲਓ ਜੀ, ਰੌਣ ਤੇ ਰੌਣ ਆ ਰਿਹਾ ਜੀ ਸਖਾਵਤ ਵੀਰਾ। ਫੰਡੀਆ 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 ਬਸ। ਲਓ ਜੀ ਦੇਖੋ ਜੀ, ਸਖਾਵਤ ਵੀਰਾ ਭੁਮੱਕੜੀ ਕੱਢੀ ਜਾਂਦਾ ਜੀ। ਆ ਜੀ ਕਰੇਲੇ ਨਾ ਜੀ, ਆਹ ਵੇਖੋ ਕਿਸ ਤਰ੍ਹਾਂ ਛੱਤਾਂ ਬਣਾਈਆਂ ਹੋਈਆਂ ਕਰੇਲਿਆਂ ਦੀਆਂ ਜੀ। ਇਹ ਵਿੱਚੋਂ ਦੀ ਵੜਨਾ, ਇੱਥੋਂ ਦੀ ਪਾਣੀ ਲਾਉਣਾ ਇਹਨਾਂ ਨੇ ਜੀ। ਇਹ ਵਾਲੇ ਸਿਜ਼ੋਂ ਜੀ ਵਿੱਚ ਵੜ ਕੇ ਤੋੜਨੇ ਆ ਜੀ, ਫੁੱਲ ਪੈ ਗਏ ਇਹਨਾਂ ਨੂੰ, ਹੱਲੀ ਹੋਇਆ ਨਹੀਂ ਆ ਤੋੜਨ ਵਾਲਾ, ਮੈਂ ਤੁਹਾਨੂੰ ਵਿੱਚ ਵੜ ਕੇ ਦੱਸਣਾ। ਇਹ ਦੇਖੋ ਜੀ ਇਸ ਤਰ੍ਹਾਂ ਵਿੱਚ ਬਣਨਾ, ਇਹ ਨਿੱਕੇ ਨਿੱਕੇ ਪਏ ਹੋਏ ਆ ਜੀ, ਛੋਟੇ ਛੋਟੇ, ਅਜੇ ਤੋੜਨ ਵਾਲੇ ਹੋਏ ਦੇ ਆ ਕਿ ਨਹੀਂ, ਵਿੱਚ ਵਿੱਚ ਤੋੜਨ ਵਾਲੇ ਵੀ ਹੋਏ ਦੇ ਆ, ਵਿੱਚ ਵਿੱਚ ਨਹੀਂ ਵੀ ਤੋੜਨ ਵਾਲੇ ਹੋਏ ਦੇ, ਇਹ ਇਸ ਤਰ੍ਹਾਂ ਦੇ ਹੀ ਹੈ। ਇਹ ਕਾਫੀ ਲੰਬੀ ਦੇ ਲਾਈਨ ਹੈ, ਇੱਕ ਦੋ ਲਾਈਨ ਨਹੀਂ ਹੈ, ਕਾਫੀ ਹੈ। ਦੇਖੋ ਤੁਹਾਨੂੰ ਮੈਂ ਦੱਸਣਾ, ਬਹੁਤ ਜ਼ਿਆਦਾ, ਦੋ ਤਿੰਨ ਕਿੱਲੇ ਲਾਏ ਦੇ ਆ ਜੀ। ਅਤੇ ਘੱਟੋ ਘੱਟ ਵੀ ਇਹਨਾਂ ਨੂੰ ਇਹਦਾ ਜਿਹੜਾ ਫਾਇਦਾ ਨਾ, ਇਹ 70 ਨਹੀਂ ਅਤੇ 12-13 ਲੱਖ ਰੁਪਇਆ ਅਤੇ ਇੱਕ ਕਿੱਲੇ ਦਾ ਆਉਂਦਾ ਹੀ ਆਉਂਦਾ, ਅਤੇ 4-5 ਕਿੱਲੇ ਹੈ, ਅਤੇ ਤੁਸੀਂ ਖੁਦ ਹਿਸਾਬ ਲਾ ਲਓ, 12-13 ਲੱਖ ਰੁਪਇਆ ਇੱਕ ਕਿੱਲੇ ਦਾ ਫਾਇਦਾ ਹੈ, ਮੁਨਾਫਾ ਜਿਹੜਾ ਹੁੰਦਾ। ਅਤੇ ਨੁਕਸਾਨ ਵੀ ਹੋ ਜਾਂਦੇ ਨਾ ਕਦੀ ਕਦੀ, ਕਿਉਂਕਿ ਜਿੱਥੇ ਫਾਇਦਾ ਭਾਲਦਾ ਇਨਸਾਨ ਉੱਥੇ ਨੁਕਸਾਨ ਵੀ ਤਾਂ ਹੁੰਦਾ ਹੀ ਆ ਨਾ। ਇਹ ਕਰੇਲੇ ਆ ਜੀ, ਬਾਬਾ ਜੀ ਦੂਰ ਤੱਕ ਲਾਏ ਹੋਏ ਉਹਨਾਂ ਨੇ, ਆਪਾਂ ਤੁਹਾਨੂੰ ਬਸ ਇੰਨਾ ਹੀ ਦੱਸਣਾ ਚਾਹੁੰਦੇ ਹਾਂ ਕਿ ਕਰੇਲੇ ਦੀ ਫਸਲ ਜਿਹੜੀ ਆ ਨਾ, ਇਹ ਜ਼ਿਮੀਂਦਾਰ ਲਾਉਣ, ਫਸਲਾਂ ਕੋਈ ਵੀ ਹੈਗੀਆਂ ਉਹ ਜ਼ਿਮੀਂਦਾਰ ਬਿਹਤਰ ਤਰੀਕੇ ਨਾਲ ਲਾਉਣਗੇ ਅਤੇ ਬਿਹਤਰ ਫਾਇਦਾ ਹੋਏਗਾ। ਕੋਈ ਵੀ ਹੈ ਸਬਜ਼ੀ ਆ, ਉਹਦੇ ਵਿੱਚ ਜਿੰਨੀ ਮਿਹਨਤ ਕਰੋਗੇ ਉਨਾ ਇਨਸਾਨ ਨੂੰ ਫਾਇਦਾ ਹੁੰਦਾ। ਕਰੋ, ਬਹੁਤ ਹੀ ਧੁੱਪ ਹੈਗੀ ਹੈ, ਬਹੁਤ ਜ਼ਿਆਦਾ ਧੁੱਪ ਹੈਗੀ ਆ, ਮੈਂ ਵੈਸੇ ਹੀ ਪਾਗਲਾਂਗ ਫਿਰੀ ਜਾ ਰਿਹਾ, ਧੁੱਪ ਬੜੀ ਹੈ।
वीरान इलाका है, इतने कोई चीज़ ही नहीं, पानी पूनी वाला भी निजाम औखा ही है, इतने नलका भी कोई नहीं होना, बड़ी धुप्प पैंदी पई है। मैं तुहानू हुण दसणा जाके बन जिहड़ा साडी आर्मी ने बनाया था, पक्का दफा फुल प्रोटैक्शन वास्ते पाकिस्तान दे, अपनी प्रोटैक्शन है जी साडी अपनी, तुहानू उह भी दस्सी जाएगी। मूँह मां मेरा यार डिंगा डूंगा ही आना इत्थे, क्योंकि एडा सोहना नहीं ना है मैं कड़ा को सलमान खां आ। बस आपां तुहानू दस रहे हैं कि मोर्चा बनाया था, अल्लाह अकबर लिखे दा इहदे ते, RR 56-99-14 ਇਹ ਲਿਖਿਆ ਹੋਇਆ ਜੀ। ਅੰਦਰ ਚੱਲ ਰਿਹਾ ਸੀ, ਅੰਦਰ ਆਏ ਹਾਂ ਜੀ। ਇਹ ਸਟੈਪ ਹੈ ਇੱਕ, ਇਹ ਇੱਥੇ ਵੀ ਗਨ ਰੱਖਦੇ ਆ, ਇੱਥੋਂ ਵੀ ਫਾਇਰ ਮਾਰਦੇ ਆ, ਇੱਧਰੋਂ ਡਿਸ਼ਕੂ ਡਿਸ਼ਕੂ ਕਰ ਦੇਣਾ, ਇੱਧਰੋਂ ਦੀ ਵੀ ਡਿਸ਼ਕੂਆਂ ਡਿਸ਼ਕੂਆਂ ਕਰ ਦੇਣਾ, ਕਿਉਂਕਿ ਇੱਧਰ ਇੰਡੀਆ ਦੇ ਲਾਗੇ ਹੋਣਾ ਜਿੱਥੇ ਇੰਨੀ ਦੂਰ ਬਣਾ ਲਾਗੇ ਬਣਾ ਦੇਣਾ ਮੋਰਚੇ, ਨਹੀਂ ਤਾਂ ਇੰਡੀਆ ਨਾ ਹੋਵੇ ਲਾਗੇ ਤਾਂ ਫਿਰ ਕਿਸ ਤਰ੍ਹਾਂ ਬਣਾਉਣੇ, ਊਂ ਤਾਂ ਬਣਾਉਣੇ ਜੀ। ਲਾਈਟ ਵਾਲਾ ਸਿਸਟਮ ਵੀ ਹੈਗਾ ਜੀ, ਇਹ ਵੇਖੋ ਮੋਬਾਈਲ ਮੋਬਾਈਲ ਚਾਰਜ ਕਰ ਲੈਣਗੇ ਰੇਂਜਰ ਵਾਲੇ ਆਰਮੀ ਵਾਲੇ। ਆਪਾਂ ਨੀਚੇ ਹੁਣ ਉੱਪਰ ਚੱਲੇ ਹਾਂ, ਇਹ ਸਟੈਪ ਬਾਈ ਸਟੈਪ ਉਂਝੀ ਚੜ੍ਹ ਜਾਣਾ, ਸੀੜੀਆਂ ਸੂੜੀਆਂ ਕੋਈ ਨਹੀਂ ਬਣਾਈ ਦੀਆਂ ਇਹਨਾਂ ਨੇ, ਚੜ੍ਹ ਗਏ ਉੱਤੇ ਉੱਤੇ ਹੁਣ ਤਾਂ ਇਹ ਏਰੀਆ ਜੀ ਆ ਵੀ ਆਪਣਾ ਹੀ ਏਰੀਆ, ਪਾਕਿਸਤਾਨ ਦਾ ਹੀ ਸਾਰਾ ਏਰੀਆ ਹੀ ਹੈ, ਸਾਡਾ ਆਪਣਾ ਹੀ ਏਰੀਆ ਹੈ। ਲਓ ਜੀ ਆਹ ਦੇਖੋ ਜੀ, ਇੱਥੋਂ ਜੀ ਅਸੀਂ ਥੱਲੇ ਉਤਰਨਾ, ਹੁਣ ਇਹ ਥੱਲੇ ਉਤਰੇ ਹਾਂ, ਸਫਾਈ ਸਫੂਈ ਵਾਹਵਾ ਕੀਤੀ ਦੀ ਹੈ। ਨੀਚੇ ਦੀ ਵੀ ਇੱਕ ਰੋਡ ਟੈਪ ਬਣਾਇਆ ਤਾ, ਐ ਵਾਲਾ ਇੱਥੇ ਪਾਣੀ ਹੈਗਾ, ਪਾਣੀ ਦੇ ਵਿੱਚ ਮੱਛੀਆਂ ਮੁੱਛੀਆਂ ਵੀ ਹੋਣਗੀਆਂ। ਪਾਣੀ ਹੈ ਇੰਡੀਆ ਦਾ ਇੱਕ ਬੜਾ ਤਕੜਾ ਯੂਟਿਊਬਰ ਹੈ ਜੀ ਸੌਰਵ ਜੋਸ਼ੀ, ਅਤੇ ਜੇ ਕਿਤੇ ਮੇਰੀ ਵੀਡੀਓ ਉਹਦੇ ਤੱਕ ਪਹੁੰਚ ਜਾਣਾ ਤਾਂ ਉਹ ਵੀਰੇ ਨੂੰ ਮੇਰੇ ਵੱਲੋਂ ਸਲਾਮ ਆ, ਉਹਨੂੰ ਕਹਿਣਾ ਤੈਨੂੰ ਪਾਕਿਸਤਾਨ ਵਾਲੇ ਸਲਾਮ ਆਖਦੇ ਸੀ। ਉਹਦੀ ਵੀਡੀਓ ਦੇਖ ਦੇਖ ਕੇ ਅਤੇ ਆਪਾਂ ਵੀਡੀਓ ਬਣਾਉਣ ਲੱਗੇ ਹਾਂ, ਬੜਾ ਘੈਂਟ ਬੋਲਦਾ ਜੀ, ਬੜਾ ਤਕੜਾ ਕੰਟੈਂਟ ਦਿੰਦਾ ਜੀ ਆਵਾਮ ਨੂੰ, ਯੂਥ ਵਾਸਤੇ ਬੜਾ ਚੰਗਾ ਉਹ ਜੀ, ਕਿਉਂਕਿ ਯੂਥ ਸਾਡੀ ਪ੍ਰਮੋਟ ਹੋਏਗੀ, ਕੋਈ ਕੰਮ ਸ਼ਾਮ ਲੱਗੇਗੀ ਅਤੇ ਕਿਤੇ ਕਾਰੋਬਾਰ ਕਰਨਗੇ ਲੋਕ, ਬਿਜ਼ਨਸਮੈਨ ਬਣਨਗੇ। ਊਂ ਤਾਂ ਫਿਰ ਵਿਹਲੇ ਸਾਡੇ ਵਾਂਗ ਪੈਲੀਆਂ ਪੂਲੀਆਂ 'ਚ ਘੁੰਮਣਾ ਅਤੇ ਜ਼ਲੀਲ ਹੀ ਹੋਣਾ। ਇੱਕ ਹੋਰ ਮੋਰਚਾ ਜੀ, ਤੁਹਾਨੂੰ ਇੱਕ ਹੋਰ ਮੋਰਚੇ ਦੀ ਸੈਰ ਕਰਾਉਂਦੇ ਹਾਂ, ਇਹ ਜੀ ਇਹ ਦੇਖੋ ਜੀ ਇਹ ਮੋਰਚਾ ਜੀ, ਅਤੇ ਅਸੀਂ ਕਰਦੇ ਪਏ ਸੀ ਗੱਲਾਂ ਸੌਰਵ ਜੋਸ਼ੀ ਸਾਹਿਬ ਦੀਆਂ, ਉਹ ਬਹੁਤ ਘੈਂਟ ਆ ਜੀ ਉਹ ਬੰਦਾ ਜੀ, ਬੜਾ ਹੀ ਪਾਪੂਲਰ ਆ ਜੀ, 21.1 ਮਿਲੀਅਨ ਉਹਦੇ ਜੀ ਸਬਸਕ੍ਰਾਈਬਰ।